ਬਿਲਟਨ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਦੀ। ਕੇਂਦਰ ਦੇ ਬਿਜਲੀ ਸੋਧ ਬਿੱਲ ਤੇ ਚਰਚਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ਕੈਬਨਿਟ ਦੀ ਅੱਜ ਬੈਠਕ ਰੱਖੀ ਗਈ ਹੈ ਜਿਸ ਵਿੱਚ ਕਈ ਮੁੱਦੇ ਵਿਚਾਰੇ ਜਾਣਗੇ। ਖਾਸ ਤੌਰ ਤੇ ਕੇਂਦਰ ਵੱਲੋਂ ਬਿਜਲੀ ਸੋਧ ਬਿੱਲ ਤੇ ਚਰਚਾ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ। ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਵੀ ਚਰਚਾ ਕੀਤੀ ਜਾਵੇਗੀ। ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਰੱਖੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਮੀਟਿੰਗ ਹੋਵੇਗੀ। ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਮੁੱਦਾ ਜਿਹੜਾ ਛਾਏਗਾ ਉਹ ਕੇਂਦਰ ਵੱਲੋਂ ਜੋ ਬਿਜਲੀ ਸੋਧ ਬਿੱਲ ਹੈ ਜੋ ਪੇਸ਼ ਕੀਤਾ ਗਿਆ ਉਸ 'ਤੇ ਚਰਚਾ ਹੋਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਬਿੱਲ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਵੀ ਚਰਚਾ ਕੀਤੀ ਜਾਏਗੀ। ਸਬ ਕਮੇਟੀ ਵੀ ਬਣਾਈ ਗਈ ਹੈ ਜੋ ਲਗਾਤਾਰ ਇਸ 'ਤੇ ਮੀਟਿੰਗਾਂ ਵੀ ਕਰ ਚੁੱਕੀ ਹੈ। ਇਸ ਬਾਬਤ ਦੀ ਚਰਚਾ ਅੱਜ ਦੀ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕੀਤੀ ਜਾਏਗੀ। ਦੱਸ ਦਈਏ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਰੱਖੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਬੈਠਕ ਹੋਏਗੀ। ਕਈ ਮੁੱਦੇ ਨੇ ਜਿਨ੍ਹਾਂ ਤੇ ਵਿਚਾਰਾਂ ਹੋਣਗੀਆਂ ਔਰ ਅਹਿਮ ਸਭ ਤੋਂ ਕੇਂਦਰ ਵੱਲੋਂ ਜੋ ਬਿਜਲੀ ਸੋਧ ਬਿੱਲ ਪੇਸ਼ ਕੀਤਾ ਗਿਆ ਸੰਸਦ ਦੇ ਵਿੱਚ ਉਸ ਤੇ ਚਰਚਾ ਦੀ ਸੰਭਾਵਨਾ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੁਰਜ਼ੋਰ ਵਿਰੋਧ ਜਿਹੜਾ ਹੈ ਇਸ ਬਿੱਲ ਦਾ ਕੀਤਾ, ਲੇਕਿਨ ਇਸ ਬਾਵਜੂਦ ਜਿਹੜਾ ਹੈ ਵਿਰੋਧ ਦੇ ਕੇਂਦਰ ਵੱਲੋਂ ਇਹ ਬਿੱਲ ਨੂੰ ਪੇਸ਼ ਕੀਤਾ ਗਿਆ, ਇਸ ਤੇ ਚਰਚਾ ਹੋਏਗੀ। ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਜੋ ਪੱਕਾ ਕਰਨਾ ਹੈ, ਰੈਗੂਲਰ ਕਰਨਾ ਹੈ, ਰਵਿੰਦਰ ਮੀਤ ਦੇ ਨਾਲ ਗੱਲ ਕਰਦੇ ਹਾਂ। ਰਵਿੰਦਰ, ਕੀ ਕੁਝ ਜਾਣਕਾਰੀ ਹੈ ਇਸ ਕੈਬਨਿਟ ਦੀ ਮੀਟਿੰਗ ਬਾਰੇ? ਬਿਲਕੁਲ, 11:30 ਵਜੇ ਕੈਬਨਿਟ ਦੀ ਮੀਟਿੰਗ ਸ਼ੁਰੂ ਹੋਏਗੀ। ਕੁਝ ਮੰਤਰੀ ਪਹੁੰਚ ਚੁੱਕੇ ਨੇ, ਕੈਬਨਿਟ ਮਿਨਿਸਟਰ ਬਲਜੀਤ ਕੌਰ ਪਹੁੰਚ ਚੁੱਕੇ ਨੇ, ਇਸ ਤੋਂ ਇਲਾਵਾ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਪਹੁੰਚ ਚੁੱਕੇ ਨੇ। ਤਾਂ ਇਸ ਸਮੇਂ ਦੀ ਤਸਵੀਰ ਤੁਹਾਨੂੰ ਪੰਜਾਬ ਸੈਕਟਰੀਏਟ ਦੀ ਦਿਖਾ ਦਿੰਦੇ ਹਾਂ। 11:30 ਵਜੇ ਮੀਟਿੰਗ ਸ਼ੁਰੂ ਹੋਣੀ ਹੈ। ਤਾਂ ਮੀਟਿੰਗ ਦੇ ਏਜੰਡਿਆਂ ਦੀ ਅਗਰ ਗੱਲ ਕਰੀਏ ਤਾਂ ਮੁੱਖ ਤੌਰ 'ਤੇ ਜਿਹੜੇ ਹੈਗੇ ਆ ਦੋ ਏਜੰਡੇ ਸਾਹਮਣੇ ਆ ਰਹੇ ਆ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਏਜੰਡਾ ਅੱਜ ਉਸ 'ਤੇ ਚਰਚਾ ਕਰ ਸਕਦੀ ਆ ਪੰਜਾਬ ਸਰਕਾਰ, ਪੰਜਾਬ ਕੈਬਨਿਟ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਜੋ ਬਿਜਲੀ ਸੋਧ ਬਿੱਲ ਹੈਗੇ ਨੇ ਉਸ 'ਤੇ ਵੀ ਚਰਚਾ ਸੰਭਵ ਹੈਗੀ ਆ, ਕਿਉਂਕਿ ਲਗਾਤਾਰ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਇਸ ਜਿਹੜੇ ਬਿੱਲ ਦੇ ਵਿਰੋਧ ਦੇ ਵਿੱਚ ਦਿਖ ਰਹੀਆਂ। ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਆ ਕਿ ਇੱਕ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ, ਤਾਂ ਇੱਕ ਵੱਡਾ ਜਿਹੜਾ ਹੈਗਾ ਉਹ ਫੈਸਲਾ ਹੈਗਾ ਇਸ 'ਤੇ ਅੱਜ ਚਰਚਾ ਸੰਭਵ ਹੈਗੀ ਹੈ। ਤਾਂ ਇਹ ਮੁੱਖ ਤੌਰ 'ਤੇ ਦੋ ਏਜੰਡੇ ਹੈਗੇ ਨੇ, ਬਾਕੀ ਕੁਛ ਹੋਰ ਵੀ ਪੰਜਾਬ ਦੇ ਮਹੱਤਵਪੂਰਨ ਏਜੰਡੇ ਹੈਗੇ ਆ, ਉਹਨਾਂ 'ਤੇ ਚਰਚਾ ਹੋਣੀ ਸੰਭਵ ਹੈਗੀ ਹੈ। ਲੇਕਿਨ ਹਾਲ ਫਿਲਹਾਲ ਮੰਤਰੀਆਂ ਦਾ ਪਹੁੰਚਣਾ ਲਗਾਤਾਰ ਸ਼ੁਰੂ ਹੋ ਗਿਆ। 11:30 ਵਜੇ ਮੀਟਿੰਗ ਹੈ, ਕਰੀਬ ਕਰੀਬ 20-25 ਮਿੰਟਾਂ ਬਾਅਦ ਇਹ ਮੀਟਿੰਗ ਸ਼ੁਰੂ ਹੋਏਗੀ। ਮੁੱਖ ਮੰਤਰੀ ਪਹੁੰਚਣਗੇ, ਅੱਜ ਰੱਖੜੀ ਦਾ ਤਿਉਹਾਰ ਹੈ, ਇਸ ਕਰਕੇ ਜਿਹੜਾ ਅੱਜ ਦਾ ਦਿਨ ਵੈਸੇ ਵੀ ਖਾਸ ਹੈ, ਲੇਕਿਨ ਪੰਜਾਬ ਦੇ ਲੋਕਾਂ ਦੇ ਕਈ ਸਾਰੇ ਏਜੰਡੇ ਅੱਜ ਇਸ ਮੀਟਿੰਗ ਦੇ ਵਿੱਚ ਜਿਹੜੇ ਹੈਗੇ ਆ ਉਹ ਰੱਖੇ ਜਾ ਸਕਦੇ ਆ। ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਮੰਤਰੀ ਜਿਹੜੇ ਹੈਗੇ ਆ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ, ਹਾਲਾਂਕਿ 2 ਮੰਤਰੀ ਜਿਹੜੇ ਇਸ ਤੋਂ ਪਹਿਲਾਂ ਪਹੁੰਚ ਚੁੱਕੇ ਨੇ, ਤਾਂ ਬਾਕੀ ਜਿਹੜੇ ਮੰਤਰੀ ਹੈਗੇ ਉਹ ਵੀ ਲਗਾਤਾਰ ਪਹੁੰਚ ਰਹੇ ਆ। ਤਾਂ ਮੀਟਿੰਗ ਦੇ ਵਿੱਚ ਅੱਜ ਜਿਹੜੀ ਹੈਗੀ ਆ ਉਹ ਚਰਚਾ ਹੋਏਗੀ ਕਈ ਸਾਰੇ ਏਜੰਡਿਆਂ ਨੂੰ ਲੈ ਕੇ। ਬਿਲਕੁਲ ਰਵਿੰਦਰ, ਜਿਸਦੇ ਬਹੁਤ ਸਾਰੇ ਏਜੰਡੇ ਨੇ, ਖਾਸ ਤੌਰ 'ਤੇ ਜਿਸ ਤਰ੍ਹਾਂ ਬਿਜਲੀ ਸੋਧ ਬਿੱਲ ਜੋ ਕੇਂਦਰ ਵੱਲੋਂ ਪੇਸ਼ ਕੀਤਾ ਗਿਆ ਉਸ ਦਾ ਵਿਰੋਧ, ਕਿਉਂਕਿ ਪੰਜਾਬ ਸਰਕਾਰ ਕਰੀ ਹੈ, ਉਸ 'ਤੇ ਵਿਚਾਰ ਹੋਏਗੀ। ਲੇਕਿਨ ਸਭ ਤੋਂ ਅਹਿਮ ਜਿਹੜਾ ਹੈ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ, ਹਾਲਾਂਕਿ ਸਬ ਕਮੇਟੀ ਬਣਾਈ ਗਈ, ਮੀਟਿੰਗਾਂ ਵੀ ਲਗਾਤਾਰ ਹੋਈਆਂ, ਸੋ ਉਹ ਇੱਕ ਬੜਾ ਵੱਡਾ ਮੁੱਦਾ ਬਣਿਆ ਹੋਇਆ ਸਰਕਾਰ ਦੇ ਲਈ। ਬਿਲਕੁਲ, ਦੇਖੋ ਇਸ ਮਸਲੇ ਦੇ ਉੱਤੇ ਬਹੁਤ ਸਾਰੀ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਅਲੱਗ ਅਲੱਗ ਜਥੇਬੰਦੀਆਂ ਤੋਂ ਸੁਝਾਅ ਵੀ ਲਏ ਜਾ ਚੁੱਕੇ ਨੇ, ਏਜੀ ਆਫਿਸ ਤੋਂ ਵੀ ਸੁਝਾਅ ਲਏ ਜਾ ਚੁੱਕੇ ਨੇ, ਕਿਉਂਕਿ ਉਮਾ ਦੇਵੀ ਜੱਜਮੈਂਟ ਦੇ ਕਰਕੇ ਲਗਾਤਾਰ ਕਈ ਕਾਨੂੰਨੀ ਅੜਚਣਾ ਦੇਖਣ ਨੂੰ ਮਿਲ ਰਹੀਆਂ ਨੇ। ਤਾਂ ਇਹਨਾਂ ਮਸਲਿਆਂ ਨੂੰ ਲੈ ਕੇ ਚਰਚਾਵਾਂ ਜ਼ਰੂਰ ਹੋਈਆਂ ਨੇ, ਮੀਟਿੰਗਾਂ ਜ਼ਰੂਰ ਹੋਈਆਂ ਨੇ, ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਹੋਈਆਂ ਨੇ, ਲੇਕਿਨ ਹਾਲੇ ਤੀਕਰ ਮਸਲੇ ਦਾ ਕੋਈ ਖਾਸ ਤੌਰ 'ਤੇ ਹੱਲ ਨਹੀਂ ਨਿਕਲ ਪਾਇਆ। ਹਾਲਾਂਕਿ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲਬਾਤ ਕਹੀ ਜਾ ਰਹੀ ਹੈ ਸਰਕਾਰ ਵੱਲੋਂ, ਲੇਕਿਨ ਕਈ ਸਾਰੇ ਕਾਨੂੰਨੀ ਦਾਅਵੇ ਜਿਹੜੇ ਹੈਗੇ ਨੇ ਉਹ ਲਗਾਤਾਰ ਅੜਚਣ ਪਾ ਰਹੇ ਨੇ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ, ਮੀਤ ਹੇਅਰ ਪਹੁੰਚ ਚੁੱਕੇ ਨੇ, ਸਾਹਮਣੇ ਮੀਤ ਹੇਅਰ ਦੇਖ ਰਹੇ ਹੋਣਗੇ ਦਰਸ਼ਕ ਸਾਡੇ, ਜਿਹੜੇ ਇਹ ਉੱਥੇ ਪਹੁੰਚੇ ਨੇ ਕੈਬਨਿਟ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ। ਤਾਂ ਸਾਹਮਣੇ ਤੁਸੀਂ ਦੇਖੋ ਤਸਵੀਰਾਂ, ਕੈਬਨਿਟ ਸ਼ੁਰੂ ਹੋਣ ਵਾਲੀ ਆ, ਹੁਣ ਤੋਂ ਕੁਛ ਹੀ ਮਿੰਟਾਂ ਦੇ ਵਿੱਚ ਇਹ ਕੈਬਨਿਟ ਮੀਟਿੰਗ ਜਿਹੜੀ ਹੈਗੀ ਉਹ ਸ਼ੁਰੂ ਹੋਏਗੀ। ਮੁੱਖ ਮੰਤਰੀ ਵੀ ਕੁਛ ਹੀ ਦੇਰ ਦੇ ਵਿੱਚ ਪਹੁੰਚਣਗੇ। ਤਾਂ ਅਸੀਂ ਜਿਸ ਤਰੀਕੇ ਨਾਲ ਗੱਲ ਕਰ ਰਹੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕਵਾਇਤ ਲਗਾਤਾਰ ਸਰਕਾਰ ਨੇ ਸ਼ੁਰੂ ਕੀਤੀ ਹੋਈ ਆ, ਬਹੁਤ ਸਾਰੀਆਂ ਮੀਟਿੰਗਾਂ ਸਬ ਕਮੇਟੀ ਦੀਆਂ ਹੋ ਚੁੱਕੀਆਂ ਨੇ, ਜਿਸ
सब कमेटी के हरपाल सिंह चीमा जिहड़े हैगे ने फाइनेंस मिनिस्टर वह भी ने, मीत हेयर भी ने, इस अलावा हरजोत बैंस भी जिहड़े हैगे आ वह भी इस मीटिंग का हिस्सा ने, इस कैबिनेट सब कमेटी का हिस्सा ने। तो मसले पर चर्चा बहुत हुई है, लेकिन इस मसले के उत्ते हाले तक ठोस हल कोई सरकार नहीं कढ़ पाई, तो इस पर भी अज चर्चा हो सकती है। जी जी रविंदर, तुसी बने रहना, तुहाडे तों असीं लगातार इस मीटिंग बारे अपडेट लवांगे। बहरहाल कैबिनेट की मीटिंग उत्तों थोड़ी देर दे विच शुरू होएगी, जिहड़े विधायक ने मंत्री ने वह पहुंचने शुरू हो गए हैं।